ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ। ਲੁੱਟਾਂ ਖੋਹਾਂ ਦਾ ਦੌਰ ਹੈ, ਜਿਹੜੇ ਬਦਮਾਸ਼ ਨੇ ਉਹਨਾਂ ਦਾ ਆਤੰਕ ਸਿਖਰਾਂ 'ਤੇ ਹੈ, ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਅਤੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਮਨ ਕਾਨੂੰਨ ਦੀ ਸਥਿਤੀ ਕਿਉਂ ਵਿਗੜੀ ਹੈ, ਕਿਉਂਕਿ ਬਦਮਾਸ਼ਾਂ ਨੂੰ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਜਿਸ ਨੂੰ ਉਹਨਾਂ ਦਾ ਦਿਲ ਕਰਦਾ ਉਸ ਨੂੰ ਨਿਸ਼ਾਨਾ ਬਣਾਉਂਦੇ ਅਤੇ ਘਟਨਾ ਨੂੰ ਅੰਜਾਮ ਦੇ ਦਿੰਦੇ। ਇਹ ਗੱਲ ਮੈਂ ਕਿਉਂ ਕਹਿ ਰਿਹਾ, ਕਿਉਂਕਿ ਬਹਿਰਾਮ ਵਿਖੇ ਅੱਜ ਦੋ ਨਕਾਬ ਪੋਸ਼ਾਂ ਨੇ ਘਟਨਾ ਨੂੰ ਅੰਜਾਮ ਦਿੱਤਾ। 3:45 ਚਿੱਟੇ ਦਿਨ ਉਹਨਾਂ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਦੋ ਨਕਾਬ ਪੋਸ਼ ਜਿਹੜੇ ਬਦਮਾਸ਼ ਆ ਬੜੀ ਬੇਖੌਫੀ ਨਾਲ ਤੁਰ ਕੇ ਆਉਂਦੇ ਆ, ਅਤੇ ਉਸ ਤੋਂ ਬਾਅਦ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੜੀ ਨਿਡਰਤਾ ਦੇ ਨਾਲ ਤੁਰ ਕੇ ਫਿਰ ਚਲੇ ਜਾਂਦੇ ਆ। ਬਹਿਰਾਮ ਵਿਖੇ ਫਲਾਈਓਵਰ ਦੇ ਨੇੜੇ ਮੁੱਖ ਮਾਰਗ 'ਤੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਭੰਡਾਰੀ ਟੂਰ ਐਂਡ ਟਰੈਵਲ ਨਾਮ ਦੀ ਦੁਕਾਨ ਹੈ ਜਿੱਥੇ ਵੈਸਟਰਨ ਯੂਨੀਅਨ ਦਾ ਕੰਮ ਹੁੰਦਾ ਹੈ। ਉੱਥੇ ਦੋ ਨਕਾਬ ਪੋਸ਼ ਆਉਂਦੇ ਆ, ਦੋਨੋਂ ਹੀ ਪਿਸਤੌਲ ਤਾਣ ਲੈਂਦੇ ਆ ਦੁਕਾਨ ਦੇ ਓਨਰ ਦੇ ਉੱਤੇ, ਅਤੇ ਉੱਥੋਂ ਜਿਹੜੇ ਆ 1,60,000 ਰੁਪਏ ਦੁਕਾਨਦਾਰ ਦੇ ਕਹਿਣ ਦੇ ਮੁਤਾਬਕ ਉੱਥੋਂ ਲੁੱਟ ਕੇ ਲੈ ਜਾਂਦੇ, ਜਿਹਦੇ ਵਿੱਚ ਵਿਦੇਸ਼ੀ ਕਰੰਸੀ ਵੀ ਸੀਗੀ। ਅਤੇ ਦੁਕਾਨਦਾਰ ਦੇ ਚਿਹਰੇ ਤੋਂ ਤੁਸੀਂ ਇਹ ਗੱਲ ਭਾਪ ਸਕਦੇ ਹੋ ਕਿ ਕਿੰਨਾ ਡਰਿਆ ਹੋਇਆ, ਮੌਤ ਨੂੰ ਕਿੰਨੀ ਨੇੜੇ ਤੋਂ ਦੇਖਿਆ, ਜਿਵੇਂ ਕਿ ਉਹ ਕਹਿੰਦਾ ਹੋਵੇ ਕਿ ਭਾਈ ਮੇਰੀ ਜਾਨ ਬਖਸ਼ ਦਿਓ, ਪੈਸਾ ਲੈ ਕੇ ਜਾਣਾ ਲੈ ਜਾਓ। ਤਾਂ ਤੁਸੀਂ ਅਮਨ ਕਾਨੂੰਨ ਦੀ ਸਥਿਤੀ ਸਮਝ ਸਕਦੇ ਹੋ ਕਿ ਕਿੰਨੀ ਹੇਠਾਂ ਡਿੱਗ ਗਈ ਹੈ, ਕਿ ਆਮ ਬੰਦਾ ਇਹ ਕਹਿ ਰਿਹਾ ਮੇਰੀ ਜਾਨ ਬਖਸ਼ ਦਿਓ, ਆਮ ਬੰਦਾ ਜਿਹੜਾ ਟੈਕਸ ਦੇ ਰਿਹਾ ਉਹ ਕਹਿ ਰਿਹਾ ਮੇਰੀ ਜਾਨ ਬਖਸ਼ ਦਿਓ। ਉੱਥੇ ਇਹ ਵੀ ਗੱਲ ਪਤਾ ਲੱਗੀ ਹੈ ਕਿ CCTV ਕੈਮਰੇ ਜਿਹੜੇ ਆ, ਜਿਹੜੇ ਬਦਮਾਸ਼ ਆਏ ਸੀ ਉਹ ਵੀ ਆਪਣੇ ਨਾਲ ਲੈ ਗਏ, ਔਰ ਉਹਦੇ ਅੰਦਰ ਹੀ ਸਾਰਾ ਰਿਕਾਰਡ ਸੀਗਾ, ਕਿਉਂਕਿ ਜਿਹੜੇ CCTV ਕੈਮਰੇ ਆ ਉਹਦੇ ਅੰਦਰ ਕਾਰਡ ਪੈਂਦਾ ਸੀ। ਇਸ ਤੋਂ ਬਾਅਦ ਜਦ ਪੱਤਰਕਾਰਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਸੀਗਾ ਕਿ ਪਿਸਤੌਲ ਦੀ ਨੋਕ 'ਤੇ ਜਿਹੜਾ ਕੈਸ਼ ਕੱਢ ਕੇ ਵੈਸਟਰਨ ਯੂਨੀਅਨ ਤੋਂ ਬਦਮਾਸ਼ ਲੈ ਗਏ। ਪਰ ਸਵਾਲ ਤਾਂ ਇਹੀ ਹੈ ਆਮ ਲੋਕਾਂ ਦਾ ਕਿ ਆਮ ਲੋਕ ਡਰੇ ਹੋਏ ਨੇ, ਉਹਨਾਂ ਨੂੰ ਡਰਾ ਕੇ ਕਦ ਤੱਕ ਬਦਮਾਸ਼ ਇਸ ਤਰੀਕੇ ਲੁੱਟਾਂ ਖੋਹਾਂ ਕਰਦੇ ਰਹਿਣਗੇ, ਕਦ ਤੱਕ ਬਦਮਾਸ਼ਾਂ ਦੇ ਹੌਸਲੇ ਜਿਹੜੇ ਆ ਉਹ ਸਿਖਰਾਂ 'ਤੇ ਪਹੁੰਚਦੇ ਰਹਿਣਗੇ, ਅਤੇ ਆਮ ਬੰਦਾ ਆਪਣੇ ਘਰ 'ਚ ਆਪਣੇ ਦੁਕਾਨ 'ਚ ਬੈਠਾ ਡਰਦਾ ਰਹੇਗਾ। ਫਿਲਹਾਲ ਦੀ ਘੜੀ ਪੁਲਿਸ ਦੇ ਹੱਥ ਖਾਲੀ ਹਨ, ਕਿਉਂਕਿ CCTV ਵੀ ਦੱਸਿਆ ਜਾ ਰਿਹਾ ਕਿ ਬਦਮਾਸ਼ ਆਪਣੇ ਨਾਲ ਲੈ ਗਏ, ਪਰ ਪੁਲਿਸ ਕਾਰਵਾਈ ਕਰ ਰਹੀ ਹੈ। ਲੇਕਿਨ ਲੋਕ ਇਹੀ ਕਹਿ ਰਹੇ ਆ ਕਿ ਜਾਨ ਬਚ ਜਾਵੇ, ਪਰ ਕੀ ਪਤਾ ਅਗਲਾ ਨੰਬਰ ਬਦਮਾਸ਼ਾਂ ਨੇ ਕਿਹਦਾ ਲਾ ਦੇਣਾ, ਕਿਉਂਕਿ ਬਦਮਾਸ਼ਾਂ ਕੋਲ ਹਥਿਆਰਾਂ ਦੀ ਕੋਈ ਕਮੀ ਨਹੀਂ ਹੈ। ਜਿਹਨੂੰ ਇਹ ਦਿਲ ਕਰਦੇ ਉਹਨੂੰ ਨਿਸ਼ਾਨਾ ਬਣਾ ਰਹੇ ਆ, ਆਮ ਬੰਦਾ ਜਿਹੜਾ ਆ ਉਹ ਡਰਿਆ ਹੋਇਆ ਮਹਿਸੂਸ ਕਰ ਰਿਹਾ। ਦਿਖਾਉਂਦੇ ਮੌਕੇ ਦੀਆਂ ਪੂਰੀਆਂ ਤਸਵੀਰਾਂ। ਹਾਂਜੀ ਭਾਜੀ, ਕੀ ਨਾਮ ਆਪਣਾ? ਮੇਰਾ ਨਾਮ ਤਰੁਣ ਭੰਡਾਰੀ ਜੀ। ਤਰੁਣ ਭੰਡਾਰੀ ਜੀ, ਕੀ ਹੋਇਆ ਤੁਹਾਡੀ ਅੱਜ ਵੈਸਟਰਨ ਯੂਨੀਅਨ ਦੇ ਉੱਤੇ ਕੀ ਹੋਇਆ ਜੀ? ਵਾਰਦਾਤ ਹੋਈ ਜੀ, ਦੋ ਜਾਣੇ ਸੀਗੇ, ਪਿਟੋ ਪਿਸਤੌਲ ਦੀ ਨੌਕ ਮੋੜ 'ਤੇ ਪੈਸੇ ਰੁਕ ਲਏ। ਕਿੱਦਾਂ ਆਏ, ਕਿੱਦਾਂ ਵਾ? ਗੱਡੀ ਗੁੱਡੀ ਜਾਏਗੇ? ਤੁਰ ਕੇ ਆਏ ਜੀ ਇੱਧਰੋਂ ਦੇ ਬਾਹਰੋਂ। ਅੱਛਾ, ਫਾਦਰ ਸਾਹਿਬ ਬੈਠੇ ਸੀ, ਮੈਂ ਤਾਂ ਬਾਹਰ ਵਿੱਚ ਆਇਆ। ਅੱਛਾ ਜੀ, ਗਏ ਹੋਏ ਥਾਣੇ। ਅੱਛਾ ਜੀ, ਅਤੇ ਦੋ ਜਾਣੇ ਜੀ ਮੂੰਹ ਢੱਕੇ ਸੀਗੇ। ਅੱਛਾ ਜੀ, ਕੈਮਰਾ ਵੀ ਲੈ ਗਏ ਅਤੇ ਦੋ ਕੈਸ਼ ਪਿਆ ਸੀਗਾ। DVR ਵੀ ਲੈ ਗਏ, ਸਭ ਕੁਝ ਲੈ ਗਏ। DVR ਦੇ ਵਿੱਚ ਹੀ ਸੀਗਾ, ਪੋਰਟੇਬਲ ਸੀਗਾ। ਅੱਛਾ, ਪੋਰਟੇਬਲ ਸੀਗਾ ਜਿਹੜੇ। ਹਾਂਜੀ ਹਾਂਜੀ। ਅੱਛਾ, ਕਿੰਨਾ ਕੈਸ਼ ਲਿਖਲਾ? ਵਿਦੇਸ਼ੀ ਕਿ ਇੰਡੀਅਨ? ਇੰਡੀਅਨ ਕਰੰਸੀ ਜ਼ਿਆਦਾ ਸੀ, ਸ਼ਾਇਦ ਵਿਦੇਸ਼ੀ ਥੋੜ੍ਹੇ ਬਹੁਤੇ ਹੋ ਗਏ, ਮੇਰੇ ਨਾਲ ਅੰਦਾਜ਼ਾ ਹੋ ਸਕਦਾ। ਕੋਈ ਪੁਲਿਸ ਅਧਿਕਾਰੀ ਆਇਆ ਮੌਕੇ ਦੇ? ਹਾਂਜੀ ਹਾਂਜੀ, ਆਏ ਸੀ ਸਾਰੇ, ਡਿਪਟੀ ਸਾਹਿਬ ਵੀ ਆਏ ਸੀਗੇ। ਹਾਂਜੀ, SHO ਵੀ ਆਇਆ ਸੀ, ਡਿਪਟੀ ਵੀ ਆਏ ਸੀਗੇ। ਕਿੰਨੇ ਵਜੇ ਦੀ ਘਟਨਾ ਹੈ? ਇਹ ਕੋਈ 2:45 ਵਜੇ।
ਕੀ ਆਪਣੀ ਫਰਮ ਦਾ ਕੀ ਨਾਮ ਪੂਰੀ ਦਾ? ਭੰਡਾਰੀ ਟੂਰ ਐਂਡ ਟਰੈਵਲ। ਭੰਡਾਰੀ ਟੂਰ ਐਂਡ ਟਰੈਵਲ। ਟੂਰ ਐਂਡ ਟਰੈਵਲ। ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਬੰਨੇ ਹੋਏ ਸੀ, ਕੇਸ਼ ਭੰਡਾਰੀ ਜਿਹਨਾਂ ਦੀ ਟੈਸਟ ਇੰਜੀਨੀਅਰਿੰਗ ਦੁਕਾਨ ਆ ਦਸਵਾਂ ਬਰਾਂਚ 'ਚ, ਅਤੇ ਅੰਦਰ ਆਏ ਡਰਾ ਧਮਕਾ ਕੇ ਉਹਦੇ ਉਹਦੇ ਕਾਊਂਟਰ 'ਤੇ ਜਿਹੜਾ ਕੈਸ਼ ਸੀ ਉਹਨਾਂ ਦੇ ਉਹ ਲੈ ਗਏ। ਕਾਰਵਾਈ ਚੱਲ ਰਹੀ ਹੈ, ਐਵਰੇਜ ਚੈੱਕ ਕਰ ਰਹੇ। ਠੀਕ ਹੈ ਜੀ, ਹਾਂਜੀ, ਓਕੇ, ਥੈਂਕ ਯੂ, ਥੈਂਕ ਯੂ।